11 ਤੋਂ ਅੱਛਾ 17 ਦਾ ਇਹ ਹਾਈਡ੍ਰੋਲਿਕ ਵਾਲਾ ਹੈਗਾ, ਅੱਛਾ ਇਹ ਸਾਈਡਾਂ ਤੇ ਟਾਇਰ ਆ ਗਏ ਠੀਕ ਹੈ, ਤੇ 80 mm ਇਹਦਾ ਪਾਈਪ ਲੱਗਿਆ, ਉਹਦੇ 72 ਲੱਗੇ ਜਿਵੇਂ ਇਹ 80 ਜਾ ਗਿਆ ਹੈਨਾ। ਹਾਂ ਠੀਕ ਹੈ, ਤੇ ਜਿਹੜਾ ਇਹਦਾ ਹਾਈਡ੍ਰੋਲਿਕ ਦੀ ਸਿਸਟਮ ਆਪਾਂ ਕਬਜ਼ਾ ਬਣਾਇਆ ਹੈਗਾ, ਇਹ JCB ਦੀ ਪੈਨ ਵਾਲਾ ਹੈਗਾ, 30 ਨੰਬਰ ਦੀ ਪੈਨ ਪਾਈ ਹੋਈ ਹੈਗੀ। ਅੱਛਾ, ਆਮ 24 ਨੰਬਰ ਦੀਆਂ ਪੈਨਾਂ ਯੂਜ਼ ਯਾਨੀ ਕਿ 6 ਪੁਆਇੰਟ ਉੱਤੇ ਹੀ ਪਈ ਹੈ। ਹਾਂਜੀ 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 ਹਾਂਜੀ, ਤੇ ਹੈਰੋਆਂ ਦਾ ਡਿਜ਼ਾਈਨ ਵੀ ਕੁਝ ਅਲੱਗ ਹੈ, ਇੱਕ ਤਵਾ ਬਾਹਰ ਕੱਢਿਆ ਤੁਸੀਂ, ਇਹਦੇ ਬਾਰੇ ਤੁਸੀਂ ਥੋੜਾ ਦੱਸਿਓ ਵੀ ਇਹ ਕਦ ਤੋਂ ਬਾਹਰ ਕੱਢਿਆ ਗਿਆ। ਇਹ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵੀਰੋ, ਅੱਜ ਆਪਾਂ ਪਹੁੰਚੇ ਹਾਂ ਜੀ ਬਾਈ ਚਰਨਜੀਤ ਕੋਲ, ਗਿਆਨੀ ਇੰਪਲੀਮੈਂਟ ਬਰਨਾਲਾ, ਅਤੇ ਅੱਜ ਅਸੀਂ 2 ਟਿਲਰਾਂ ਦੀ ਬੁਕਿੰਗ ਕਰਨ ਆਏ ਸਾਂ, ਅਤੇ ਟਿਲਰ ਵੇਖੇ ਅੱਜ, ਡਿਜ਼ਾਈਨ ਆਪਾਂ ਜਿਹੜਾ ਸਭ ਤੋਂ ਫਸਟ 'ਤੇ ਦੇਖ ਰਹੇ ਹੋ ਇਹ ਡਿਜ਼ਾਈਨ ਦਿੱਤਾ ਹੋਰਸ ਵਾਲਾ, ਅਤੇ ਉਹਨਾਂ ਨੂੰ ਪਤਾ ਲੱਗੇ ਵੀ ਕਿਹੜੇ ਕਿਹੜੇ ਡਿਜ਼ਾਈਨ 'ਚ ਕਿਹੜੀ ਕਿਹੜੀ ਹਿੱਚ ਲਾਉਂਦੇ ਨੇ ਗਿਆਨੀ ਇੰਪਲੀਮੈਂਟ ਵਾਲੇ। ਅਤੇ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਹੋ ਜੀ? ਵਧੀਆ ਜੀ, ਵਧੀਆ ਜੀ। ਅਤੇ ਬਾਈ ਜੀ ਆਪਾਂ ਅੱਜ ਜੇ ਗੱਲ ਕਰੀਏ ਤਾਂ ਆਪਾਂ ਅੱਜ ਬੁਕਿੰਗ ਦੇਣ ਆਏ ਸਾਂ ਨਾ 2 ਟਿਲਰਾਂ ਦੀ, ਅਤੇ ਉਹਦੇ ਬਾਰੇ ਪਹਿਲਾਂ ਦੱਸੋ ਅਤੇ ਫਿਰ ਕਿਹੜੇ ਕਿਹੜੇ ਆਪਾਂ ਹੀਚਿੰਗ 'ਚ ਜਿਹੜੇ ਟਿਲਰ ਬਣਾਉਂਦੇ ਹਾਂ। ਹਾਂਜੀ, ਇਹ ਆਪਾਂ ਜਿਹੜਾ ਹੋਰਸ ਮਾਡਲ ਆ ਇਹ ਲੇਟੈਸਟ ਹੀ ਆਪਣਾ ਰੈਡੀ ਕੀਤਾ ਹੁਣ। ਅੱਛਾ, ਇਹਨਾਂ ਦੀ ਆਪਾਂ ਹੁਣ ਬੁਕਿੰਗ ਕੀਤੀ ਹੈਗੀ। ਠੀਕ ਹੈ, ਇਹਦੇ ਵਿੱਚ ਜਿਹੜਾ ਮੇਨ ਪਾਈਪ ਵਗੈਰਾ ਸਾਰਾ ਹੈਵੀ ਲੱਗੂਗਾ ਇਹਦੇ ਨਾਲ, ਇਹ 72 ਦਾ ਹੈਗਾ। ਅੱਛਾ, ਇਹ 72 ਦਾ ਦਿਖਾਵਾਂਗਾ ਜਿਹੜਾ ਆਪਾਂ ਆਰਡਰ ਕੀਤਾ ਹੈਗਾ। ਹਿੱਚ ਦੀ ਡਿਜ਼ਾਈਨ ਆ ਗਿਆ ਹੋਰਸ ਮਾਡਲ। ਹਾਂ, ਹੋਰਸ ਮਾਡਲ ਆ ਗਿਆ। ਹਾਂ, ਇੱਕ ਆਪਾਂ 11 ਦਾ ਕੀਤਾ, ਇੱਕ 15 ਦਾ ਕੀਤਾ ਹੈਗਾ। ਹਾਂਜੀ ਹਾਂਜੀ ਬਿਲਕੁਲ। ਹਾਂਜੀ, ਤੇ ਇਹਦੇ ਵਿੱਚ ਆਪਣਾ ਇਹ ਲੋਗੋ ਆ ਗਿਆ ਹੋਰਸ ਵਾਲੇ, ਹੈਨਾ। ਹਾਂਜੀ ਹਾਂਜੀ ਹਾਂਜੀ, ਇਹਦੇ ਵਿੱਚ ਜਿਹੜੀ ਟਾਈਨ ਆਪਣੀ ਇਹ ਬਿਨਾਂ ਜੋੜ ਤੋਂ ਹੁੰਦੀ ਆ, ਫਰੰਟ ਵਾਲੀ ਵੀ ਤੇ ਬੈਕ ਵਾਲੀ ਵੀ, ਮੋਸਟਲੀ ਨਹੀਂ ਦੋਨੇ ਟਾਈਨਾਂ ਜੋੜ ਵਾਲੀਆਂ ਹੁੰਦੀਆਂ, ਜੋੜ ਵਾਲੀਆਂ ਹੁੰਦੀਆਂ ਕਿਤੇ ਵੀ ਆਪਾਂ ਦੇਖਦੇ ਆ। ਠੀਕ ਹੈ, ਬਾਕੀ ਜਿਹੜਾ ਮਟੀਰੀਅਲ ਆ ਇਹ ਕਮਾਣੀ ਦਾ ਹੁੰਦਾਗਾ, ਨਰਮ ਪੱਤੀ ਨਹੀਂ ਹੁੰਦੀ ਕਦੇ ਵੀ, ਤੁਸੀਂ ਦੇਖੋਗੇ 400 ਹੁੰਦੀਆਂ ਨੇ, ਗੋਲ ਆ ਇਹ ਨਿਸ਼ਾਨੀ ਹੁੰਦੀ ਹੈ ਕਮਾਣੀ ਦੀ। ਹਾਂਜੀ ਹਾਂਜੀ, ਬਾਕੀ ਫਾਲੇ ਆਪਣੇ ਆਪ ਦੇ ਓਰੀਜਨਲ ਰੈਡੀ ਤੇ ਪਿੱਛੇ, ਜਿਵੇਂ ਇਹਦੇ ਤੁਸੀਂ ਫੱਟਾ ਵੀ ਲਾਇਆ ਹੈ ਨਾ, ਸੁਹਾਗਾ ਜਿਹਨੂੰ ਕਹਿ ਸਕਦੇ ਆ। ਹਾਂਜੀ, ਇਹ ਚੱਕੜ ਮਾਰਨ ਵਾਸਤੇ ਕੱਦੂ 'ਚ ਜ਼ਿਆਦਾ ਆਪਣੇ ਪੰਜਾਬ 'ਚ ਚੱਲਦਾ ਹੈਗਾ। ਅੱਛਾ, ਹੌਲੀ ਹੌਲੀ ਹੁਣ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਬਾਹਰ ਵੀ ਚਲਾ ਰਹੇ, ਬਾਹਰ ਵੀ ਚਲਾਉਂਦਾ ਆ, ਤੇ ਗੁੱਲੀਆਂ ਨਾਲ ਹੇਠਾਂ ਉਤਾ ਹੁੰਦਾ ਹੈ, ਇਹ ਐਡਜਸਟੇਬਲ ਹਾਈਟ ਹੋ ਜਾਂਦੀ ਹੈ, ਤੇ ਲੌਕ ਲਾ ਕੇ ਚਲਾਉਣਾ, ਹੇਠ ਵਾਲੀ ਪਿੰਨ ਪਾ ਕੇ ਚਲਾ ਲਓ, ਬਿਨਾਂ ਪਿੰਨ ਤੋਂ ਚਲਾਉਣਾ ਚਿੱਕੜ 'ਚ ਉਵੇਂ ਚੱਲ ਜਾਂਦਾ। ਸੁੱਕੇ 'ਚ ਵੀ ਬੈਕ ਖੁੰਜਾ ਭਰਨਾ ਗਾ, ਰੇਹ ਵਿਛਾਉਣੀ ਆ, ਸਾਰੇ ਕੰਮ ਹੀ ਕਰਦਾ, ਦੋਵੇਂ ਕੰਮ ਕਰ ਦਿੰਦਾ। ਤੇ ਇਹ ਅੱਗੇ ਆ ਗਿਆ 17 ਦਾ, ਇਹ 17 ਦਾ ਜੀ। ਕਿਸਾਨ ਭਾਈਓ, ਫਸਲ ਰਬੀ ਹੋ ਜਾਂ ਖਰੀਫ, ਆਪਕੋ ਆਪਣੇ ਟਰੈਕਟਰ ਮੇਂ 3 ਚੀਜ਼ੋਂ ਕੀ ਜ਼ਰੂਰਤ ਪੜਤੀ ਹੈ। ਪਹਿਲੀ ਜ਼ਰੂਰਤ ਹੈ ਟਰੈਕਟਰ ਕੀ ਪਰਫਾਰਮੈਂਸ, ਕਮ ਡੀਜ਼ਲ ਕੀ ਖਪਤ, ਔਰ ਕਿਤਨੇ ਘੰਟੇ ਕੇ ਬਾਅਦ ਸਰਵਿਸ ਕਰਵਾਉਣੀ ਹੈ। ਔਰ ਇਨ ਤੀਨੋਂ ਚੀਜ਼ੋਂ ਸੇ ਛੁਟਕਾਰਾ ਪਾਨੇ ਕੇ ਲੀਏ ਮੈਂ ਇਸਤੇਮਾਲ ਕਰਤਾ ਹੂੰ ਗਲਫ ਕੰਪਨੀ ਕਾ XHD ਸੁਪਰੀਮ ਪਲੱਸ 15W40 ਟਰੈਕਟਰ ਇੰਜਨ ਓਇਲ। ਪਹਿਲਾ ਪਰਫਾਰਮੈਂਸ, ਦੂਸਰਾ ਕਮ ਡੀਜ਼ਲ ਕੀ ਖਪਤ, ਸਬਸੇ ਬੜੀ ਬਾਤ 1000 ਘੰਟੇ ਕੇ ਬਾਅਦ ਇਸਕੀ ਸਰਵਿਸ ਕਰਵਾਤਾ ਹੂੰ। ਯਦੀ ਆਪ ਵੀ ਆਪਣੇ ਟਰੈਕਟਰ ਕੀ ਤਾਕਤ ਕੋ ਦੁਗਨਾ ਕਰਨਾ ਚਾਹਤੇ ਹੈ ਤੋ ਲੇ ਆਈਏ ਗਲਫ ਕੰਪਨੀ ਕਾ XHD ਸੁਪਰੀਮ ਪਲੱਸ 15W40। ਗਲਫ ਓਇਲ, ਟਰੈਕਟਰ ਕੇ ਲੀਏ ਭਰੋਸਾ ਔਰ ਕਿਸਾਨੋ ਕੇ ਲੀਏ ਵਿਸ਼ਵਾਸ। 11 ਤੋਂ 17 ਦਾ ਇਹ ਹਾਈਡ੍ਰੋਲਿਕ ਵਾਲਾ ਹੈਗਾ। ਅੱਛਾ, ਇਹ ਸਾਈਡਾਂ ਤੇ ਟਾਇਰ ਆ ਗਏ। ਠੀਕ ਹੈ, ਤੇ 80 mm ਇਹਦਾ ਪਾਈਪ ਲੱਗਿਆ, ਉਹਦੇ 72 ਲੱਗੇ ਜਿਵੇਂ ਇਹ 80 ਜਾ ਗਿਆ ਹੈਨਾ। ਠੀਕ ਹੈ, ਤੇ ਜਿਹੜਾ ਇਹਦਾ ਹਾਈਡ੍ਰੋਲਿਕ ਦੀ ਸਿਸਟਮ ਆਪਾਂ ਕਬਜ਼ਾ ਬਣਾਇਆ ਹੈਗਾ, ਇਹ JCB ਦੀ ਪੈਨ ਨਾਲ ਹੈਗਾ, 30 ਨੰਬਰ ਦੀ ਪੈਨ ਪਾਈ ਹੋਈ ਹੈਗੀ। ਅੱਛਾ, ਆਮ 24 ਨੰਬਰ ਦੀਆਂ ਪੈਨਾਂ ਯੂਜ਼, ਯਾਨੀ ਕਿ 6 ਪੁਆਇੰਟ ਉੱਤੇ ਹੀ ਪਈ ਹੈ। ਹਾਂਜੀ ਹਾਂਜੀ, ਹੈਵੀ ਕਬਜ਼ਾ ਲੱਗਿਆ ਪੂਰਾ। ਠੀਕ ਹੈ, ਬਾਕੀ ਜਿਹੜਾ ਹਿਚਿੰਗ ਵਾਲਾ ਸਿਸਟਮ ਹੁੰਦਾ ਫਰੰਟ ਵਾਲਾ, ਇਹਦੇ ਰੋਟਾਵੇਟਰ ਟਾਈਪ ਹੀ ਹੁੰਦਾ ਹੈਗਾ, ਹੈਵੀ ਹੋਣ ਕਰਕੇ ਇਹ ਦਿੰਦੇ ਆਪਾਂ। ਤੇ ਇਹ ਜਿਹੜੇ ਆਪਣਾ ਟਿਲਰ 3 ਫੋਲਡਿੰਗ ਹੁੰਦੇ ਹੋਣੇ ਨੇ ਨਾ। ਹਾਂਜੀ, 17 ਚ। ਹਾਂਜੀ, ਇਹ ਆਪਣੀ ਚੋਇਸ ਹੁੰਦੀ ਹੈ, ਮੋਸਟਲੀ ਤਾਂ ਜਿਵੇਂ 13 ਤੋਂ ਕਰਵਾ ਲੈਂਦੇ ਨੇ, ਕਿਉਂਕਿ 2 ਟਰੈਕਟਰ ਨੇ ਛੋਟਾ ਤਾਂ 13 ਦਾ ਚਲਾ ਲੈਂਦਾ ਗਾ। ਹਾਂਜੀ, ਉਹ ਆਪਣੀ ਆਪਣੀ ਚੋਇਸ ਆ, ਇਹਨਾਂ ਨੇ ਵੀਰਾਂ ਨੇ 11 ਤੋਂ ਕਰਾਏ ਨੇਗੇ। ਅੱਛਾ, ਇਹ ਸਮਾਣਾ ਏਰੀਆ 'ਚ ਜਾਣੇ ਨੇਗੇ। ਅੱਛਾ, ਇਹ ਸਮਾਣੇ ਜਾਣਾ ਨੇ। ਹਾਂਜੀ ਹਾਂਜੀ, ਟਾਇਰ ਦਾ ਜਿਹੜਾ ਸਿਸਟਮ ਹੁੰਦਾ ਵੀ ਮਤਲਬ ਬੈਲੈਂਸ ਬਣਾ ਕੇ ਰੱਖਦਾ ਗਾ, ਸਾਈਡ ਤੋਂ ਵੀ ਹਿਲਦੇ ਨਹੀਂ ਹੈਗੇ, ਟਿਲਰ ਹਿਲਦੇ ਨਹੀਂ ਹੈਗੇ ਬਿਲਕੁਲ। ਤੇ ਜਿਹੜੀ ਇਹਦੀ ਬਾਹਰਲੀ ਟਾਈਨ ਆ ਉਹ ਨਟ ਵਾਲੀ ਬਣ ਜਾਂਦੀ ਹੈਗੀ। ਅੱਛਾ, ਉਹ ਨਟ ਵਾਲੀ ਪਾਈ ਹੈ ਵੀ ਕੋਈ ਡਬਲ ਪਾਈਪ ਲਾਏ ਨੇ ਹਨਾ। ਹਾਂਜੀ, ਇਹ ਨਟ ਵੀ ਵਧੀਆ ਲੱਗਿਆ ਹੋਇਆ ਹੈਗਾ ਵੀ ਨਟ ਟੁੱਟ ਕੇ। ਹਾਂ, ਕਿਉਂਕਿ ਦਿੱਕਤ ਮੇਨ ਪ੍ਰੋਬਲਮ ਹੁੰਦੀ, ਕਈ ਕੰਪਨੀਆਂ ਇੱਥੇ ਪਤਲਾ ਨਟ ਪਾਉਂਦੀਆਂ ਨੇ ਹਨਾ। ਇਹ ਵੀ ਮੈਂ ਬਹੁਤ ਵਧੀਆ ਸਿਸਟਮ ਹੈ, ਤੁਸੀਂ ਮੋਟਾ ਨਟ ਪਾਇਆ। ਹਾਂਜੀ ਹਾਂਜੀ, ਠੀਕ ਹੈ।
ਇਹ 655 ਟਰੈਕਟਰ ਹੈ ਨਾ, ਇਹਦਾ ਲੋਗੋ ਵੀ ਬਣਿਆ। ਹਾਂਜੀ ਹਾਂਜੀ, 600 ਸਾਰੀ ਅਸੈਸਰੀ ਇਹਦੇ ਵਿੱਚ ਹੀ ਐਡ ਹੁੰਦੀ ਹੁੰਦੀ ਹੈ ਜੀ। ਅੱਛਾ, ਹਾਂ ਉਹਨਾਂ ਦਾ ਸਰਨੇਮ ਸੀਗਾ। ਓਕੇ, ਦੇਸਾ। ਹਾਂਜੀ ਠੀਕ ਹੈ। ਇਹ ਯਾਨੀ ਕਿ ਜਿਹੜਾ ਹਾਈਡ੍ਰੋਲਿਕ ਆਪਾਂ ਬਣਾਉਣਾ ਹੈ ਉਹਦੇ 'ਚ ਜਿਹੜੀ ਅਸੈਸਰੀ ਉਹ ਸਾਰੀ ਵਿੱਚ ਹੁੰਦੀ ਹੈ। ਲਾਈਟਿੰਗ ਵਗੈਰਾ ਬਹੁਤ ਸੋਹਣੇ ਬਣਨੇ ਜੀ। ਓਕੇ 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 ਠੀਕ ਹੈ। ਹੇਚੇ ਦੇ ਚਾਹ ਆ ਜਾਂਦੀ ਹੈ। ਹਾਂਜੀ ਹਾਂਜੀ, ਉਹ ਆਪਣੀ ਚੋਇਸ ਆ, ਤੁਸੀਂ ਜਿਹੜਾ ਮਰਜ਼ੀ ਲਵਾ ਸਕਦੇ ਹੋ ਡਿਜ਼ਾਈਨ ਦੋ ਤਿੰਨ। ਤਾਂ ਹੀ ਆਪਾਂ ਇਹ ਲੰਬੇ ਲਗਵਾਏ ਸਨ ਵੀ ਹੇਚ ਦਾ ਪਤਾ ਲੱਗੇ। ਹਾਂਜੀ ਹਾਂਜੀ। ਇਹ ਵਾਲਾ ਜੀ ਇਹ ਆਪਣੇ 13 ਦਾ ਹੀ ਆ ਗਿਆ ਜੀ। ਹਾਂ, ਇਹਦੇ 'ਚ ਇਹ ਹੇਚ ਆ ਗਈ। ਹਾਂਜੀ ਹਾਂਜੀ, ਇਹਨਾਂ ਕੋਲ ਵੀ ਪਹਿਲਾਂ ਵੀਰਾਂ ਕੋਲ ਗਿਆ ਹੋਇਆ ਆਪਣਾ, ਤੇ ਇਹਨਾਂ ਨੇ ਦੁਬਾਰਾ ਆਰਡਰ ਕੀਤਾ ਸੀ ਇੱਕ ਹੋਰ ਸੈੱਟ। ਅੱਛਾ, ਹਾਂ। ਤੇ ਜਿਹੜੇ ਇਹਦੇ 'ਚ ਆਪਾਂ ਗੱਲ ਕਰੀਏ, ਜਿਹੜੇ ਟ੍ਰੇਲਰ 'ਚ ਆਪਾਂ ਫਾਲੇ ਯੂਜ਼ ਕਰਦੇ ਹਾਂ, ਹਾਂਜੀ ਹਾਂਜੀ, ਉਹ ਕਿਹੜੇ ਨੇ? ਆਪਾਂ ਆਪਣੇ ਖੁਦ ਦੇ ਬਣਾਉਂਦੇ ਹਾਂ? ਹਾਂਜੀ ਹਾਂਜੀ, ਉਹ ਰੇਲਵੇ ਦੀ ਕਮਾਨੀ ਦਾ ਹੁੰਦਾ ਜੀ ਫਾਲਾ। ਉਹ ਵੀ ਰੇਲਵੇ ਦੇ ਕਮਾਨੀ ਦੇ ਨੇ। ਮੋਸਟਲੀ ਜਿਹੜੇ ਆਪਾਂ ਆਮ ਨੋਰਮਲ ਮਾਰਕੀਟ 'ਚੋਂ ਲੈਂਦੇ ਹੁੰਦੇ ਹਾਂ, ਨਰਮ ਪੱਤੀ ਨੂੰ ਟੈਂਪਰ ਕੀਤੇ ਹੁੰਦੇ ਆ ਜੀ। ਉਹ ਜਲਦੀ ਘਸ ਜਾਂਦੇ ਹੈਗੇ। ਠੀਕ ਹੈ। ਅਤੇ ਬਾਕੀ ਇਹਦੇ ਇੱਕ ਸੀਟ ਬਣਾ ਕੇ ਨਟ ਵਿੱਚ ਬੈਠ ਜਾਂਦਾ ਗਾ, ਵੀ ਫਾਲਾ ਬਾਂਹ 'ਚ ਡਿੱਗਦਾ ਨਹੀਂ। ਮੋਸਟਲੀ ਆਪਣੇ ਬਾਂਹ 'ਚ ਡਿੱਗ ਪੈਂਦੇ, ਬਾਂਹ 'ਚ ਡਿੱਗ ਜਾਂਦੇ ਨੇ। ਵੀ ਇਹ ਵਿੱਚ ਫਸਿਆ ਰਹਿੰਦਾ। ਹਾਂਜੀ ਹਾਂਜੀ, ਕਸਾਈ ਬਹੁਤ ਘੱਟ ਹੈ ਇਹਨਾਂ ਦੀ। ਅਤੇ ਇੱਕ ਮੈਂ ਹੋਰ ਵੇਖ ਰਿਹਾ ਸਾਂ, ਇਸ ਸਾਈਡ ਤੁਸੀਂ ਹੈਰੋਆਂ ਵੀ ਬਣਾਉਂਦਾ ਹੋ। ਹਾਂਜੀ ਹਾਂਜੀ। ਅਤੇ ਹੈਰੋਆਂ ਦਾ ਡਿਜ਼ਾਈਨ ਵੀ ਕੁਛ ਅਲੱਗ ਹੈ, ਇੱਕ ਤਵਾ ਬਾਹਰ ਕੱਢਿਆ ਤੁਸੀਂ, ਇਹਦੇ ਬਾਰੇ ਤੁਸੀਂ ਥੋੜ੍ਹਾ ਦੱਸਿਓ ਵੀ ਇਹ ਕਦ ਤੋਂ ਬਾਹਰ ਕੱਢਿਆ ਗਿਆ? ਇਹ ਜਿਵੇਂ ਆਪਣੇ ਬੱਟਾਂ ਦੇ ਨਾਲ ਹੱਬ ਵੱਜਦੀ ਹੁੰਦੀ ਸੀ ਜੀ, ਉਹ ਕੱਪ ਟੁੱਟ ਜਾਂਦਾ ਸੀ, ਕਦੇ ਕੁਛ ਹੋ ਗਿਆ, ਹੱਬ ਪ੍ਰੋਬਲਮ ਆਉਂਦੀ ਸੀਗੀ, ਉਹ ਹੱਬ ਅਸੀਂ ਅੰਦਰ ਕਰਤੀ ਅਤੇ ਤਵਾ ਬਾਹਰ ਆ ਗਿਆ, ਅਤੇ ਬੱਟ ਦੇ ਨਾਲ ਐਂ ਕਹਿ ਲਓ ਵੀ ਬੱਟ ਹੀ ਵੱਢੂ ਹੁਣ ਗੁਆਂਢੀ। ਬੱਟ ਬਿਲਕੁਲ। ਅਤੇ ਇਹ ਬੋਰੀ ਰੱਖਣ ਵਾਸਤੇ ਉੱਤੇ ਵੇਟ ਹੈ ਨਾ? ਇਹ ਆਪਣੀ ਚੋਇਸ ਆ, ਜੇ ਤੁਸੀਂ ਲਵਾਉਣਾ ਲਵਾ ਸਕਦੇ ਹੋ, ਅਤੇ ਵਧੀਆ ਬੈਗ ਰੱਖਿਆ ਜਾਂਦਾ ਗਾ। ਅਤੇ ਇਹ ਹੈਰੋ ਕਿੱਥੇ ਜਾਣੀ ਹੈ? ਇਹ US ਜਾਣੀ ਹੈ ਜੀ। ਅੱਛਾ, ਅਮਰੀਕਾ 'ਚ? ਹਾਂ, ਇਹਨਾਂ ਨਾਲ ਰੋਟਾਵੀਟਰ ਵੀ ਜਾਣਾ ਗਾ, 7-8 ਆਈਟਮਾਂ ਨੇ ਗੀਆਂ। ਹਾਂ ਠੀਕ ਹੈ। ਅਤੇ ਹੋਰ ਆਪਣੇ ਕੋਲ ਕਿਹੜੀ ਕਿਹੜੀ ਆਈਟਮਾਂ ਬਣਦੀਆਂ ਨੇ? ਹੋਰ ਆਪਣਾ ਐਂ ਕਹਿ ਲਈਏ ਵੀ ਆਪਾਂ ਜਿੰਨੇ ਵੀ ਚਾਹੇ ਜਿੰਦਰੇ ਹੋਣ ਜਾਂ ਸੁਹਾਗੇ ਹੋ ਗਏ, ਹਰ ਇੱਕ ਚੀਜ਼ ਡਿਫਰੈਂਟ ਹੋਊਗੀ, ਅਤੇ ਚੱਲਣ 'ਤੇ ਵੀ ਉਨੀ ਜ਼ਿਆਦਾ ਮਜ਼ੇਦਾਰ ਹੋਊਗੀ। ਮਜ਼ੇਦਾਰ ਹੋਊਗੀ ਬਿਲਕੁਲ। ਆਹ ਕਰਾ ਆ ਗਿਆ ਆਪਣਾ ਜੀ, 360 ਡਿਗਰੀ ਮੈਨੂਅਲ ਆ ਇਹ। ਅੱਛਾ, ਇਹ ਹੀਚਿੰਗ ਹੈ ਇਹਦੀ? ਹਿੱਚ ਆ ਜੀ, ਹੀਚਿੰਗ ਬਹੁਤ ਮਜ਼ਬੂਤ ਹੈ ਨਾ ਇਹਦੀ? ਹਾਂਜੀ 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 ਠੀਕ ਹੈ। ਯਾਨੀ ਕਿ ਜਿਵੇਂ ਆਪਾਂ ਮੈਂ ਗੱਲ ਇਹ ਕਰੀਏ ਵੀ ਬਾਈ ਆਪਾਂ ਇੱਕ ਸੁਹਾਗਾ ਵੀ ਮੰਗਵਾਇਆ ਸੀ ਤੁਹਾਡੇ ਤੋਂ ਜਿਹੜਾ ਉਹ ਪਿਆ ਹੈ, ਅਤੇ ਉਹਦੀ ਮੈਂ ਵੀਡੀਓ ਸਗੋਂ ਨਾ ਭੁੱਲ ਗਿਆ ਹਾਂ ਬਣਾਉਣਾ, ਅਤੇ ਮੈਂ ਮਟੀਰੀਅਲ ਦੀ ਜਿੰਨੀ ਵੀ ਗੱਲ ਕਰੀਏ ਵੀ ਮਟੀਰੀਅਲ ਤੁਸੀਂ ਹੈਵੀ ਤੋਂ ਹੈਵੀ ਲਾਇਆ, ਇਹਦਾ ਕੀ ਕਾਰਨ ਹੈ ਵੀ ਹੈਵੀ ਕਿਉਂ, ਵੀ ਕੋਈ ਕੱਲ੍ਹ ਨੂੰ ਪ੍ਰੋਬਲਮ ਨਾ ਆਏ? ਹਾਂਜੀ, ਉਹ ਟਾਈਮ ਦੇ ਹਿਸਾਬ ਨਾਲ, ਬਾਕੀ ਹੁਣ ਕੋਨੇ ਕੋਨੇ 'ਚ ਜਾਂਦੇ ਤੁਸੀਂ ਲਾ ਲਓ ਵੀ USA ਵੀ ਜਾਂਦੇ ਆ ਹੈ ਨਾ, ਆਪਣੇ ਇੱਥੇ ਵੀ ਮਿੱਟੀ ਹੁਣ ਜ਼ਿਆਦਾਤਰ ਕਿੱਥੇ ਕਿੱਥੇ ਕਿਸ ਤਰ੍ਹਾਂ ਦੀ ਆ, ਕਿਵੇਂ ਕਿਸ ਤਰ੍ਹਾਂ ਦੀ ਆ ਗਈ ਕਿਤੇ, ਬਾਕੀ ਟਰੈਕਟਰ ਹੁਣ ਹੈ ਵੀ 4x4 ਆ ਗਏ। ਅੱਛਾ, ਹਾਂ ਠੀਕ ਹੈ। ਕੁਛ ਹੁਣ ਜਿਹੜੇ ਰੋਟਾਵੇਟਰ ਚੱਲਦੇ ਆ ਜਾਂ ਆਪਣੇ ਸੁਪਰ ਸੀਡਰ ਹੋ ਗਏ, ਇਹ ਤੈਅ ਬਣਾ ਦਿੰਦੇ ਆ ਉੱਪਰ। ਅੱਛਾ, ਬਾਹਣ ਥੱਲੋਂ ਹਾਰਡ ਰਹਿ ਜਾਂਦੇ ਆ ਗਏ, ਇਹ ਚੀਜ਼ਾਂ ਦਾ ਵੀ ਕਾਰਨ ਨੇ ਹੁਣ। ਕਿਹੜੇ ਕਿਹੜੇ ਇੰਪਲੀਮੈਂਟ ਆਪਣੇ ਕੋਲ ਤਕਰੀਬਨ ਬਣਦੇ ਨੇ? ਰੋਟਾਵੇਟਰ ਹੋ ਗਏ ਜੀ, ਉਹਨਾਂ ਦੇ ਵਿੱਚ ਕਈ ਕੁਆਲਿਟੀਆਂ, 4-5 ਮਾਡਲ ਬਣਦੇ ਨੇ ਜੀ। ਐਰੋ ਹੋ ਗਈਆਂ, ਕਲਟੀਵੇਟਰ ਹੋ ਗਏ ਜੀ, ਤੂੜੀ ਵਾਲੇ ਪੱਖੇ ਹੋ ਗਏ, ਸੁਹਾਗੇ ਹੋ ਗਏ, ਕਰਾਹ ਹੋ ਗਏ, ਤਕਰੀਬਨ 40-45 ਆਈਟਮ ਆ ਜਿਹੜੀਆਂ ਆਪਾਂ ਬਣਾਉਣੀਆਂ ਬਣਦੀਆਂ ਨੇ। ਠੀਕ ਹੈ। ਅਤੇ ਬਾਈ ਜੀ, ਜਿਵੇਂ ਆਪਾਂ ਜੇ ਅੱਜ ਕੋਈ ਕਿਸਾਨ ਵੀਰ ਤੁਹਾਨੂੰ ਫੋਨ ਕਰਦਾ, ਕਿੰਨਾ ਟਾਈਮ ਲੱਗ ਜਾਂਦਾ ਇੱਕ ਟਿਲਰ ਬਣਾਉਣ 'ਚ? ਹੁਣ ਅੱਜ ਲਾ ਲਓ 1.5 ਮਹੀਨੇ ਦੇ ਲੰਬਸਮ ਦੀ ਵੇਟਿੰਗ ਚੱਲ ਰਹੀ ਹੈ ਸਾਡੇ ਕੋਲ। ਅੱਛਾ, 1.5 ਮਹੀਨੇ ਦੀ ਵੇਟਿੰਗ ਕਰਨੀ? ਹਾਂਜੀ, ਮੈਂ ਇੱਕ ਹੁਣ ਵੀਡੀਓ ਵੀ ਆਪਣੇ ਚੈਨਲ 'ਤੇ ਵੀ ਪਾਉਣੀ ਹੈ ਸਪੈਸ਼ਲ ਇਹ ਚੀਜ਼ ਲਈ। ਅੱਛਾ, ਜਿਹੜੇ ਭਰਾ ਹੁਣ 1-2 ਮਹੀਨੇ ਤੱਕ ਆਉਣਗੇ ਉਹ ਫਿਰ ਦਿੱਕਤ ਆਊਗੀ, ਮਾਰਚ ਦੇ ਵਿੱਚ ਤਕਰੀਬਨ ਬੰਦ ਵਾਲਾ ਕੰਮ ਹੋ ਜੂਗਾ ਜੀ, ਕਿਉਂਕਿ ਸੀਜ਼ਨ ਸਟਾਰਟ ਹੋ ਜਾਂਦਾ ਅਪ੍ਰੈਲ ਦੀ ਸਟਾਰਟਿੰਗ ਤੋਂ ਹੈ ਨਾ। ਹਾਂਜੀ ਹਾਂਜੀ, ਹਾਂ ਵੀ ਸੀਜ਼ਨ ਦੇ ਵਿੱਚ ਫਿਰ ਫੋਨ ਵੀ ਕਰਦੇ ਹੋਣੇ ਨੇ। ਇਸ ਵਾਰ ਦਸੰਬਰ ਦੇ ਵਿੱਚ ਬੁਕਿੰਗ ਇਹੋ ਜਿਹੀਆਂ ਆਈਆਂ ਨੇ ਜਿਹੜੀਆਂ ਕਹਿੰਦੀਆਂ ਵੀ ਤੁਸੀਂ ਸਾਨੂੰ ਪਿਛਲੀ ਵਾਰੀ ਮਨਾ ਕਰਤਾ ਸੀ, 2-3 ਮਹੀਨੇ ਲੈਤੇ ਸੀਗੇ, ਅਤੇ ਉਹ ਹੁਣ ਬੁਕਿੰਗ ਕਰਵਾ ਐਡਵਾਂਸ 'ਚ, ਤਾਂ ਹੀ ਅਸੀਂ ਤੁਹਾਡੇ ਕੋਲ ਵੀ ਐਡਵਾਂਸ 'ਚ ਆਏ ਹਾਂ, ਥੋੜ੍ਹਾ ਜਿਹਾ ਲੇਟ ਹੋ ਗਿਆ ਪਰ ਇਹ ਮਿਲ ਜਾਣਾ ਮੌਕੇ 'ਤੇ। ਹਾਂਜੀ ਹਾਂਜੀ। ਅਤੇ ਬਾਈ ਜੀ ਇੱਕ ਵਾਰੀ ਨੰਬਰ ਆਪਣਾ ਬੋਲ ਦਿਓ। ਹਾਂਜੀ, ਆਪਣਾ 98-158 ਜੀ, 56-652 ਜੀ। ਠੀਕ ਹੈ। ਅਤੇ ਬਾਈ ਦਾ ਮੈਂ ਨੰਬਰ ਡਿਸਪਲੇ 'ਤੇ ਵੀ ਲਾ ਦਾਂਗਾ, ਗਿਆਨੀ ਇੰਪਲੀਮੈਂਟ ਬਰਨਾਲਾ, ਇਹ ਹਾਈਵੇ ਦੇ ਬਿਲਕੁਲ ਥੱਲੇ ਵੇ ਜਿਹੜਾ, ਇਹ ਰੋਡ ਕਿਹੜਾ ਵੱਜਦਾ ਬਾਈ? ਇਹ ਕਚਹਿਰੀ ਰੋਡ ਵੱਜਦਾ, ਕਚਹਿਰੀ ਰੋਡ ਪੈਂਦਾ, ਕਚਹਿਰੀ ਰੋਡ 'ਤੇ ਬਾਈ ਦੇ ਦੁਕਾਨ ਹੈ, ਕਾਲਜ ਆ ਜੀ। ਠੀਕ ਹੈ, SD ਕਾਲਜ ਦੇ ਕੋਲ। ਅਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਲਓ ਜੀ ਵੀਰੋ, ਆਹ ਵੇਖ ਸਕਦੇ ਹੋ ਤੁਸੀਂ, ਇਹ ਆਪਾਂ ਜਿੰਦਰਾ ਦਿੱਤਾ ਜਿਹੜਾ, ਸੋਰੀ ਟਿਲਰ ਦਿੱਤਾ 15 ਵਾਲਾ, ਇਹ 17 ਵਾਲਾ, ਬਾਕੀ ਸੇਮ ਡਿਜ਼ਾਈਨ ਇਹੀ ਬਣਦਾ।
ਅਤੇ ਇਹਦੇ 'ਚ ਜਿਹੜੀ ਹੀਚਿੰਗ ਹੈ ਉਹ ਆਪਣੀ ਏਜ ਬੰਨੀ ਹੈ ਹੋਰਸ ਵਾਲੀ। ਅਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਿਆ ਅਤੇ ਬਾਈ ਨੂੰ ਸੰਪਰਕ ਕਰ ਲਿਆ ਜੇ ਕੋਈ ਵੀ ਆਪਣੇ ਐਗਰੀਕਲਚਰ ਇੰਪਲੀਮੈਂਟ ਦਾ ਸਮਾਨ ਬਣਾਉਣਾ ਹੋਵੇ। ਅਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ।